ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਵਾਰ ਫਿਰ ਯਾਦ ਕਰਾਉਣਾ ਤੁਹਾਨੂੰ ਕਿ ਜੇ ਤੁਸੀਂ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਅੱਜ ਦੀ ਵੀਡੀਓ ਦੀ ਸਿਆਸਤ ਦੀ ਗੱਲ ਕਰਾਂਗੇ ਤੇ ਸਿਆਸਤ ਦੇ ਵਿੱਚ ਵੀ ਸਿੱਖ ਸਿਆਸਤ ਦੀ ਤੇ ਸਿੱਖ ਸਿਆਸਤ ਦੇ ਵਿੱਚ ਵੀ ਜਿਹੜਾ ਸਵਾਲ ਅਕਸਰ ਹੁਣ ਪੁੱਛਿਆ ਜਾਣ ਲੱਗਾ ਹੈ ਕਿ ਕਿ ਐਡਵੋਕੇਟ ਧਾਮੀ ਜਤਨਗੇ ਜਾਂ ਬੀਬੀ ਜ਼ਾਹਿਰ ਕੌਰ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤੇਗੀ ਮੈਨੂੰ ਜਦੋਂ ਇਹ ਸਵਾਲ ਕੋਈ ਕਰਦਾ ਹੈ ਤਾਂ ਮੈਂ ਕਹਿੰਦਾ ਕੋਈ ਜਿੱਤੇ ਧਾਮੀ ਜਿੱਤੇ ਜਾਂ ਬੀਬੀ ਜ਼ਗੀਰ ਕੌਰ ਜਿੱਤੇ ਹਰ ਇੱਕ ਬੰਦੇ ਦੀ ਨਿਸ਼ਚਿਤ ਹੈ ਕਿਸ ਦੀ ਸਖਬੀਰ ਸਿੰਘ ਬਾਦਲ ਦੀ ਸ਼ਰੋਮਰੀ ਅਕਾਲੀ ਦਲ ਦੇ ਪ੍ਰਧਾਨ ਦੀ ਹਾਰ ਬਿਲਕੁਲ ਨਿਸ਼ਚਿਤ ਹੈ ਅੱਧਿਕ ਹਾਰ ਤਾਂ ਉਦੋਂ ਹੋਗੀ ਜਦੋਂ ਇਹ ਗੱਲ 'ਚ ਜਿੱਤ ਪ੍ਰਾਪਤ ਕਰ ਲਈ ਬੀਬੀ ਜ਼ਗੀਰ ਕੌਰ ਨੇ ਕਿ ਲਫਾਫਾ ਕਲਚਰ ਖਤਮ ਕਰੋ ਤੇ ਪਹਿਲਾਂ ਕਦੇ ਨਹੀਂ ਹੋਇਆ ਸੀ ਕਿ ਸ਼ਰੋਮਰੀ ਅਕਾਲੀ ਦਲ ਦਾ ਪ੍ਰਧਾਨ ਪਹਿਲਾਂ ਉਮੀਦਵਾਰ ਦਾ ਐਲਾਨ ਕਰੇ ਇਸ ਵਾਰ 4-5 ਦਿਨ ਪਹਿਲਾਂ ਉਮੀਦਵਾਰ ਜਿਹੜਾ ਹੈ ਪ੍ਰਧਾਨਗੀ ਦਾ ਸ਼੍ਰੋਮਿਕ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਇਹਦਾ ਮਤਲਬ ਕਿ ਲਫਾਫਾ ਕਲਚਰ ਤੋਂ ਤਾਂ ਖਿਹੜਾ ਛਟਿਆ ਘੱਟੋ-ਘੱਟ ਇਹ ਗਲਤੀ ਹੋਇਆ ਕਰੂ ਕਿ ਜਿਹੜਾ ਉਮੀਦਵਾਰ ਹੈ ਉਹ 1 ਵਜੇ ਜਿਸ ਦਿਨ ਸ਼੍ਰੋਮਿਕ ਕਮੇਟੀ ਦਾ ਨਵੰਬਰ ਦੇ ਅਖੀਰ ਦੇ ਵਿੱਚ ਅਜ਼ਲਾਸ ਅਕਸਰ ਹੁੰਦਾ ਹੈ ਇਸ ਵਾਰ ਇਹ ਪਹਿਲਾਂ ਹੋ ਰਿਹਾ ਹੈ 9 ਤਰੀਕ ਨੂੰ ਨਹੀਂ ਉਹ 1 ਵਜੇ ਲਫਾਫਾ ਖੁੱਲਦਾ ਸੀ ਉਹ ਚੋਂ ਪਤਾ ਲੱਗਦਾ ਸੀ ਕਿ ਇਸ ਵਾਰ ਪ੍ਰਧਾਨ ਕੌਣ ਹੋਏਗਾ ਇਹ ਤਜਤ ਹੈ ਬੀਬੀ ਜ਼ਗੀਰ ਕੌਰ ਦੀ ਅੱਜ ਦੀਆਂ ਕਈ ਘਟਨਾਵਾਂ ਨੇ ਜਿਨ੍ਹਾਂ ਚ ਬੀਬੀ ਜ਼ਗੀਰ ਕੌਰ ਨੂੰ ਹੋਰ ਟਾਈਮ ਦਿੱਤਾ ਸੀ ਇਹ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਪੱਖ ਰੱਖੋ ਆ ਕੇ ਬੀਬੀ ਕਹਿੰਦੀ ਮੈਂ ਹੁਣ ਕਾਹਦਾ ਪੱਖ ਰੱਖਣਾ ਜਦੋਂ ਤੁਸੀਂ ਮੈਨੂੰ ਮਤਲਬ ਕਰਨਾ ਸੀ ਉਸ ਤੋਂ ਪਹਿਲਾਂ ਪੁੱਛਣਾ ਸੀ ਮਤਲਬ ਕਰਕੇ ਪੱਕ ਰੱਖਣ ਨੂੰ ਕਹਿੰਦੇ ਹੋ ਬਿਲਕੁਲ ਗਲਤ ਹੈ ਗੈਰ ਸੰਵਿਧਾਨਕ ਹੈ ਕਿਸੇ ਵੀ ਸੰਵਿਧਾਨ ਦੇ ਵਿੱਚ ਨਹੀਂ ਸ਼੍ਰੋਮੇ ਕਾਲੀ ਦਲ ਦੇ ਕਿੱਥੇ ਲਿਖਿਆ ਹੈ ਇਸ ਸੰਵਿਧਾਨ ਵਿੱਚ ਕਿ ਇਸ ਤਰ੍ਹਾਂ ਕਿਸੇ ਬੰਦੇ ਨੂੰ ਬਾਹਰ ਕੱਢਣਾ ਨਾਲੇ ਤੁਹਾਨੂੰ ਤਾਂ ਲੋਕਾਂ ਦੇ ਖੜ ਤਾਂ ਤੁਸੀਂ ਕੌਣ ਨੂੰ ਕੱਢਣ ਵਾਲੇ ਇਸ ਕਿਸਮ ਦੀਆਂ ਗੱਲਾਂ ਬੀਬੀ ਜ਼ਗੀਰ ਕੌਰ ਕਹਿੰਦੀ ਰਹੀ ਦੂਜੇ ਪਾਸੇ ਤੁਹਾਨੂੰ ਪਤਾ ਹੈ ਕਿ ਜਿਵੇਂ ਸਟਿੰਗ ਦੀ ਗੱਲ ਕਰਕੇ ਜਿਸ ਤਰ੍ਹਾਂ ਕਹਦੇ ਜੀ بڑا ਮੌਕਾ ਦਿੱਤਾ ਇਹ ਗੱਲ ਕੀਤੀ ਇਹ ਮੇਰਾ ਖਿਆਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਚੰਗਾ ਤਾਂ ਨਹੀਂ ਹੋਇਆ ਖਾਸ ਤੌਰ ਤੇ ਉਸ ਵੇਲੇ ਜਦੋਂ ਪਹਿਲੀ ਵੱਡਾ ਸੰਕਟ ਹੋਵੇ ਪਹਿਲੀ ਬਾਗੀ ਸੁਰਾਂ ਹੋਣ ਪਹਿਲੇ ਲੋਕ ਕਹਿ ਲ ਕੇ ਪ੍ਰਧਾਨ ਸਾਹਿਬ ਬਹੁਤ ਹੋ ਗਿਆ ਹੁਣ ਤੁਸੀਂ ਚਲੇ ਜਾਓ ਇਹ ਵੱਖਰੀ ਗੱਲ ਹੈ ਕਿ ਪ੍ਰਧਾਨ ਸਾਹਿਬ ਡਟੇ ਹੋਏ ਨੇ ਪ੍ਰਧਾਨ ਸਾਹਿਬ ਢਾਂਚਾ ਭੰਗ ਕਰਕੇ ਵੀ ਇਹ ਕਹ ਦੇ ਨੇ ਕਿ ਝੁੰਡਾ ਕਮੇਟੀ ਦੇ ਸਿਫਾਰਸ਼ਾਂ ਲਾਗੂ ਕਰਾਂਗੇ ਝੁੰਡਾ ਕਮੇਟੀ ਕਹਿੰਦੀ ਹੈ ਕਿ ਲੀਡਰਸ਼ਿਪ 'ਚ ਤਬਦੀਲੀ ਬਹੁਤ ਕੁਝ ਚੱਲੀ ਜਾ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪਰਦਾਵਾਨ ਸਾਹਿਬ ਨੂੰ ਚਾਹੀਦਾ ਏ ਸੀ ਕਿ ਇਸ ਤਰ੍ਹਾਂ ਇੱਕ ਸੀਨੀਅਰ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ 4 ਵਾਰ ਪ੍ਰਧਾਨ ਰਹਿ ਚੁੱਕੀ ਹੋਵੇ ਉਹਨੂੰ ਇਸ ਤਰ੍ਹਾਂ ਬਾਹਰ ਕੱਢਿਆ ਜਾਂਦਾ ਜਾਂ ਮਤਲ ਕੀਤਾ ਜਾਂਦਾ ਬਾਹਰ ਕੱਢਣਾ ਤਾਂ ਸਪਸ਼ਟ ਹੋ ਗਿਆ ਸੀ ਮਤਲਬ ਕੀਤਾ ਜਾਂਦਾ ਮਤ ਨੂੰ ਲੈ ਕੇ ਉਹ ਜਿਆਦਾ ਜਿਹੜੀ ਹੈ ਉਹ ਜ਼ਖਮੀ ਨਜ਼ਰ ਆਏ ਰੋਏ ਵੀ ਇਹ ਗੱਲ ਵੀ ਹੈ ਬੀਬੀ ਜ਼ਗੀਰ ਕਨੂੰ ਰੋਂਦੇ ਵੀ ਦੇਖਿਆ ਗਿਆ ਹੁਣ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਕਿ ਕੌਣ ਮਦਦ ਕਰ ਰਿਹਾ ਹੈ ਪਹਿਲਾਂ ਭਾਵੇਂ ਨਹੀਂ ਪਰ ਹੁਣ ਤੁਹਾ ਨਜ਼ਰੋਂ ਆਉਣ ਵੀ ਲੱਗ ਗਿਆ ਕਿ ਭਾਰਤੀ ਜਨਤਾ ਪਾਰਟੀ ਮਦਦ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ 10 11 ਮੈਂਬਰ ਤਾਂ ਪਹਿਲਾਂ ਸਿੱਧੇ ਤੌਰ ਤੇ ਮੈਂਬਰ ਨੇ ਆ ਪਟਿਆਲੇ ਦੇ ਦੋ ਤਿੰਨ ਮੈਂਬਰ ਤਾਂ ਸਿੱਧੇ ਤੌਰ ਤੇ ਨੇ ਕਰਦੀਪ ਕੋਰ ਟੌੜਾ ਭਾਰਤੀ ਜਨਤਾ ਪਾਰਟੀ ਦੀ ਹੈ ਸਰਜੀਤ ਸਿੰਘ ਗੜੀ ਭਾਰਤੀ ਜਨਤਾ ਪਾਰਟੀ ਚ ਹੈ ਤੇ ਇਸ ਤਰ੍ਹਾਂ ਘਟੋ ਘਟ ਮੈਂ ਸਵੇਰੇ ਗਿਨੇ ਸੀ 12 ਮੈਂਬਰ ਨੇ ਉਹ ਆ ਰਹੇ ਨੇ 25 ਮੈਂਬਰ ਜਿਹੜੇ ਝੂਠਾ-ਸਾ ਦਾਅਵਾ ਕਰਦੇ ਨੇ ਉਹਨਾਂ ਨਾਲ ਇਹ ਤਾਂ ਹੀ ਕਹਿ ਰਹੀ ਹੈ ਬੀਬੀ ਮੇਰੇ ਨਾਲ 75 ਮੈਂਬਰ ਨੇ ਵੈਸੇ ਕੋਈ ਹੈਰਾਨੀ ਨਹੀਂ ਹੋਊਗੀ ਕਿ ਜੇ ਇਸ ਵਾਰ ਪਾਸਾ ਪਲਟ ਵੀ ਜਾਵੇ ਇਹਦੇ ਚ ਹੈਰਾਨੀ ਵਾਲੀ ਗੱਲ ਕੋਈ ਨਹੀਂ ਹੋਣੀ ਪਰ ਫਿਰ ਵੀ ਮੈਂ ਕਹਿਣਾ ਕਿ ਚਲੋ ਮੰਨ ਲਓ ਕਿ ਬੀਬੀ ਹਾਰ ਵੀ ਜਾਂਦੀ ਹੈ ਔਰ ਪਰ ਉਹ ਹਾਰ ਬੀਬੀ ਦੀ ਜਾਂ ਜਿੱਤ ਧਾਮੀ ਦੀ ਨਹੀਂ ਹਾਰ ਮੈਂ ਇਸ ਨੂੰ ਦੂਜੇ ਨਜ਼ਰੀਏ ਨਾਲ ਦੇਖਦਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਜ਼ਰੀਏ ਤੋਂ ਤੇ ਸ਼ਰੋਮਣੀ ਅਕਾਲੀ ਦਲ ਦੀ ਫੁੱਟ ਦੇ ਨਜ਼ਰੀਏ ਤੋਂ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਬੰਦੇ ਛੱਡ ਰਹੇ ਨੇ ਉਸ ਐਂਗਲ ਤੋਂ ਮੈਂ ਗੱਲ ਕਰ ਰਿਹਾ ਹਾਂ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਹਾਰ ਤਾਂ ਨਿਸ਼ਚਿਤ ਹੋ ਗਈ ਖਰਬੂਜੇ ਸ਼ੁਰੂ ਤੇ ਡੇਗੇ ਜਾਂ ਖੁਰੀ ਜਿਹੜੀ ਸ਼ੁਰੂ ਹੈ ਉਹ ਖਰਬੂਜੇ ਤੇ ਡੇਗੇ ਗਲਤੀ ਇਕੋ ਹੀ ਹੋਣੀ ਹੈ ਇਹ ਗਲਤੀ ਹੁਣ ਸਮਝ ਆਉਣ ਲੱਗੀ ਹੈ ਬਾਕੀ ਗੱਲਾਂ ਜਿਹੜੀਆਂ ਉਹ ਬਾਅਦ ਦੀਆਂ ਨੇ ਐਨਾਲਿਸਿਸ ਕਰੋ ਕੌਣ ਕੀਦੀ ਮਦਦ ਕਰਦਾ ਹੈ ਭਾਰਤੀ ਜਨਤਾ ਪਾਰਟੀ ਕੀਦੀ ਮਦਦ ਕਰਦੀ ਹੈ ਕਿਉਂ ਆਈ ਮੰਨ ਲਏ ਭਾਰਤੀ ਜਨਤਾ ਪਾਰਟੀ ਵੀ ਮਦਦ ਤੇ ਆਈ ਜਿਹੜੀ ਨਜ਼ਰ ਵੀ ਆ ਰਹੀ ਹੈ ਇਹ ਵੀ ਗੱਲ ਆਪਾਂ ਮੰਨ ਲਈਏ ਹੁਣ ਨਜ਼ਰ ਆ ਰਹੀ ਹੈ ਜਾ ਉਹ ਬੰਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਨਤਾ ਸਮਝੌਤਾ ਹੈ ਜਾਂ ਉਹ ਬੰਦੇ ਜਿਹੜੇ ਭਾਰਤੀ ਜਨਤਾ ਪਾਰਟੀ ਚ ਨੇ ਚਾਹੇ ਮਨਜਿੰਦਰ ਸਿੰਘ ਸਰਸਾ ਚਾਹੇ ਇਕਵਾਲ ਸਿੰਘ ਰਾਮ ਲਾਲਪੁਰਾ ਜਾਂ ਸੰਦੀਪ ਸਿੰਘ ਢੀਂਟਸਾ ਸਾਰੇ ਜਿਹੜੇ ਐਂਟੀਵਾਦਲ ਨੇ ਸਾਰੇ ਹੁਣ ਵੀ ਬੀਬੀ ਦੀ ਮਦਦ ਕਰਨਗੇ ਜਾਂ ਜਿਵੇਂ ਜਥੇਦਾਰ ਦਾਦੂਬਾਲ ਇਹ ਸਾਰੇ ਇਕੱਠੇ ਹੋ ਗਏ ਇਹ ਤਾਂ ਗੱਲ ਸਮਝ ਆ ਗਈ ਤੇ ਇਹ ਨੈਚੁਰਲ ਇਸ ਸੁਭਾਵਕ ਵੀ ਸੀ ਇਸ ਤਰ੍ਹਾਂ ਹੀ ਹੋਣਾ ਸੀ ਇਹ ਗੱਲ ਵੀ ਆਪਾਂ ਨੂੰ ਸਪਸ਼ਟ ਹੈ ਪਰ ਗੱਲ ਤਾਂ ਇਹ ਹੈ ਵੀ ਮੰਨ ਲਓ ਜੇ ਹਾਰ ਵੀ ਜਾਂਦੀ ਹੈ ਲੇਕਿਨ ਇੰਨੇ ਕ ਮੈਂਬਰ ਹੋਣਗੇ ਇਸ ਵਾਰ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕੰਮ ਹੈ ਉਹਦੇ ਚ ਕਾਫੀ ਪ੍ਰਭਾਵ ਹੋਊਗਾ ਐਗਜ਼ੀਕਟਿਵ ਚ ਇੰਨੇ ਕ ਮੈਂਬਰ ਵਿਰੋਧੀ ਧਿਰ ਦੇ ਹੋਣਗੇ ਜਿਨ੍ਹਾਂ ਦੀ ਆਵਾਜ਼ ਦਿਵਾਉਣੀ ਮੁਸ਼ਕਲ ਹੋਏਗੀ ਉਸ ਕਿਸਮ ਦਾ ਕਬਜ਼ਾ ਹੁਣ ਨਹੀਂ ਰਹਿਣਾ ਜਿਸ ਕਿਸਮ ਦਾ ਕਬਜ਼ਾ ਪਹਿਲਾ ਸੀ ਸ਼ਾਇਦ ਇਸੇ ਕਰਕੇ ਪਹਿਲੀ ਵਾਰ ਜਦੋਂ ਏਜੰਡਾ ਤੇ تھا ਨਾ ਬੀਬੀ ਦੇ ਕਿ ਜੀ ਮੈਂ ਕੰਟਰੋਲ ਜਿਹੜਾ ਹੈ ਜਿਹੜਾ ਇਹਨਾਂ ਨੇ ਜਥੇਦਾਰਾਂ ਤੇ ਕੰਟਰੋਲ ਕੀਤਾ ਹੋਇਆ ਉਹ ਮੈਂ ਖਤਮ ਕਰੂੰ ਜੇ ਮੈਂ ਜਿੱਤ ਜਾਣੀ ਹੈ ਮੈਂ ਜਥੇਦਾਰਾਂ ਨੂੰ ਯਾਰ ਕਰੂੰ ਮੈਂ ਜਥੇਦਾਰਾਂ ਦਾ ਹੁਕਮ ਮੰਨੂ ਉਹ ਸਿੱਧਾ ਅਟੈਕ ਧਾਮੀ ਸਾਹਿਬ ਤੇ ਸੀ ਜਿਹੜੇ ਆਦੇਸ਼ ਜਥੇਦਾਰਾਂ ਦੇ ਨਹੀਂ ਮੰਨਦੇ ਉਹ ਮੰਨਦੇ ਨੇ ਬਾਦਲਾਂ ਦਾ ਫਿਰ ਅੱਜ ਕਹਿਣਾ ਪਿਆ ਧਾਮੀ ਸਾਹਿਬ ਨੂੰ ਕਿ 23 ਤੱਕ ਜਿਹੜਾ ਐਗਰੀਮੈਂਟ ਹੈ ਪੀਟੀਸੀ ਦਾ ਉਸ ਤੋਂ ਬਾਅਦ ਅਸੀਂ ਆਪਣਾ ਚੈਨਲ ਚਲਾਵਾਂਗੇ ਕਿਉਂਕਿ 8 April ਨੂੰ ਇਹ ਹੁਕਮ ਜਿਹੜਾ ਹੈ ਕਾਲ ਤੱਕ ਦੇ ਜ਼ਫੀਰ ਨੇ ਦਿੱਤਾ ਸੀ ਪਰ ਉਹ ਨਹੀਂ ਮੰਨੇ ਸੀ ਇਹਦਾ ਮਤਲਬ ਇਹ ਹੈ ਕਿ ਜੇ ਹੌਲੀ-ਹੌਲੀ ਪਹਿਲਾ ਲਫਾਫਾ ਕਲਚਰ ਚੋਂ ਕੱਢਿਆ ਹੁਣ ਪੀਟੀਸੀ ਚੈਨਲ ਦਾ ਜਿਹੜਾ ਕੰਮ ਹੈ ਉਹਦੇ ਚੋਂ ਵੀ ਕਹਿਣਾ ਪਿਆ ਜਿਹੜਾ ਇਸ ਜਿਹੜੇ ਸ਼੍ਰੋਮਣੀ ਅਕਾਲੀ ਦਰਬਾਰ ਦੇ ਉਮੀਦਵਾਰ ਜਾਂ ਜਿਹੜੇ ਮੌਜੂਦਾ ਹਲੇ ਪ੍ਰਧਾਨ ਨੇ ਉਹਨਾਂ ਨੂੰ ਇਹਦਾ ਮਤਲਬ ਸੁਧਾਰਤਾ ਉਹਨਾਂ ਸ਼ੁਰੂ ਹੋ ਗਿਆ ਵੈਸੇ ਅਸਲੀ ਸੁਧਾਰਤਾ ਉਦੋਂ ਆਊ ਜਿਹੜਾ ਸੰਦੀਪ ਸਿੰਘ ਢੀਂਟਸਾ ਨੇ ਕਿਹਾ ਹੋਇਆ ਸੰਦੀਪ ਸਿੰਘ ਢੀਂਟਸਾ ਨੇ ਕਿਹਾ ਕਿ ਜੇ ਸਾਡੇ ਵੱਲੋਂ ਜਿਹੜਾ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸਤ ਚ ਆਏਗਾ ਉਹ ਧਾਰਮਿਕ ਹੋਏਗਾ ਉਹ ਬੰਦਾ ਕੋਈ ਵੀ ਸਿਆਸੀ ਪੋਸਟ ਨਹੀਂ ਲਏਗਾ ਸਿਆਸੀ ਲੜਾਈ ਨਹੀਂ ਲੜੇਗਾ ਨਰੋਲ ਧਾਰਮਿਕ ਕੋ ਬੰਦੇ ਜਿਹੜਾ ਹੈ ਸ਼ਰੋਵੀ ਕਮੇਟੀ ਦੇ ਵਿੱਚ ਆਉਣਗੇ ਸੇਵਾ ਭਾਵਨਾ ਨਾਲ ਆਉਣਗੇ ਇਹ ਹੀ ਗੱਲ ਐਚਐਸ ਫੂਲਕਾ ਨੇ ਵੀ ਕਹੀ ਸੀ ਸ਼ੁਰੂ ਜਦੋਂ ਉਹ ਆਇਆ ਸੀ ਇਹਨੂੰ ਕੌਣ ਕਰਾ ਰਿਹਾ ਹੈ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕਿੰਨੀ ਕਿ ਦਖਲਅੰਦਾਜ਼ੀ ਹੈ ਵੈਸੇ ਜਿੰਨਾ ਚਿਰ ਆ ਜਿਹੜੇ ਕਾਨੂੰਨ ਜਦੋਂ ਕਿਸਾਨਾਂ ਦੇ ਕਿਸਾਨ ਵਿਰੋਧੀ ਕਾਨੂੰਨ ਜਿਹਨਾਂ ਨੂੰ ਉਹ ਕਹਿੰਦੇ ਹੋ ਤੇ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਵੀ ਉਹਨਾਂ ਦੇ ਪੱਖ ਵਿੱਚ ਬੋਲ ਰਹੇ ਸੀ ਜੇ ਕਿਸਾਨਾਂ ਦਾ ਜੇ ਪ੍ਰੈਸ਼ਰ ਨਾ ਪੈਂਦਾ ਤਾਂ ਕਦੇ ਵੀ ਇਹਨਾਂ ਨੇ ਇਹ ਜਿਹੜਾ ਹੈ ਨਾ ਤਾਂ ਨੌ ਮਾਸਤਾ ਰਿਸ਼ਤਾ ਟੁੱਟਣਾ ਸੀ ਨਾ ਹੀ ਇਹਨਾਂ ਨੇ ਕਾਨੂੰਨਾਂ ਨੂੰ ਗਲਤ ਕਹਿਣਾ ਸੀ ਉਸ ਵੇਲੇ ਤੱਕ ਭਾਰਤੀ ਜਨਤਾ ਪਾਰਟੀ ਕਿਹਦੇ ਨਾਲ ਸੀ ਹਾਂ ਇਹ ਘਰਪੂਰ ਵੀ ਹੋ ਸਕਦੀ ਹੈ ਪੋਸਿਬਿਲਟੀ ਹੋਰ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵੱਡਾ ਗਰੁੱਪ ਖੜਾ ਕਰਕੇ ਜਿਹੜਾ ਗਰੁੱਪ ਹੁਣ ਜਿਵੇਂ ਲੱਗ ਰਿਹਾ ਇੱਕ ਤਕੜਾ ਗਰੁੱਪ ਜਿੱਤੇ ਚਾਹੇ ਨਾ ਉਹਦੇ ਨਾਲbargaining power ਵੱਧਦੀ ਹੈ ਭਾਰਤੀ ਜਨਤਾ ਪਾਰਟੀ ਦੀ ਤੋਂ ਉਹ ਵੀ ਬਤਾ ਸਕਦੀ ਹੈ ਇਹ ਸਿਆਸਤ ਚ ਹੈ ਸਿਆਸਤ ਚ ਕੁਝ ਵੀ ਹੋ ਸਕਦਾ ਇਹ ਆਪਾਂ ਨੂੰ ਪਤਾ ਹੈ ਤੇ ਆਪਾਂ ਦੇਖਦੇ ਹਾਂ ਸਿਆਸਤ ਚ 9 ਤਰੀਕ ਨੂੰ ਕੀ ਹੋਏਗਾ ਪਰ ਇੱਕ ਗੱਲ ਬੜੀ ਸਪਸ਼ਟ ਹੋ ਰਹੀ ਹੈ ਕਿ ਦੇਸ਼ ਦੀ ਸત્તાਤਾ ਰੀਤਰ ਸਿੱਧੇ ਤੌਰ ਤੇ ਸਿੱਖ ਸਿਆਸਤ ਦੇ ਵਿੱਚ ਬਹੁਤ ਤੇਜ਼ੀ ਨਾਲ ਨਾ ਸਿਰਫ ਦਿਲਚਸਪੀ ਬੁਖਾਰ ਰਹੀ ਹੈ ਪਰ ਕੇ ਦਖਲ ਅੰਦਾਜ਼ੇ ਵੀ ਕਰ ਰਹੀ ਹੈ ਅਜਨਾਈ ਮਿਲਦੇ ਆਪਾਂ ਅਗਲੀ ਵੀਡੀਓ ਚ ਬਹੁਤ ਬਹੁਤ ਸ਼ੁਕਰੀਆ